ਅਸੀਂ ਖੜ੍ਹੇ ਹਾਂ ਪੰਚਕੂਲਾ ਦੀ ਉਸ ਸੜਕ 'ਤੇ ਜਿੱਥੇ ਕਿ ਪੁਲਿਸ ਵੱਲੋਂ ਸਾਰੇ ਡੇਰਾ ਪ੍ਰੇਮੀਆਂ ਨੂੰ ਰੋਕ ਦਿੱਤਾ ਗਿਆ ਹੈ। ਭਾਰੀ ਪੁਲਿਸ ਬਲ ਇੱਥੇ ਤੈਨਾਤ ਕੀਤਾ ਗਿਆ ਹੈ। ਹਾਲਾਤ ਬਹੁਤ ਤਣਾਅਪੂਰਨ ਹੋ ਚੁੱਕੇ ਨੇ। ਇਹ ਹੁਣ ਤੋਂ ਕੁਝ ਹੀ ਘੰਟਿਆਂ ਬਾਅਦ ਡੇਰਾ ਮੁਖੀ 'ਤੇ ਜਿਹੜਾ ਫੈਸਲਾ ਉਹ ਆ ਜਾਏਗਾ। ਤੁਸੀਂ ਦੇਖ ਸਕਦੇ ਹੋ ਕਿ ਡੇਰਾ ਪ੍ਰੇਮੀ ਚਾਰੇ ਤਰਫ ਜਿਹੜੇ ਫੈਲੇ ਹੋਏ ਨੇ। ਬੱਚੇ, ਬਜ਼ੁਰਗ, ਔਰਤਾਂ ਸਾਰੇ ਇੱਥੇ ਪਹੁੰਚੇ ਹੋਏ ਨੇ। ਸਾਰੇ ਦੇਸ਼ ਦਾ ਮੀਡੀਆ ਇੱਥੇ ਪਹੁੰਚਿਆ ਹੋਇਆ ਹੈ। ਮਾਹੌਲ ਬਹੁਤ ਤਣਾਅਪੂਰਨ ਬਣਿਆ ਹੋਇਆ ਹੈ। ਨਾਰੇ ਵੀ ਕਈ ਵਾਰ ਲਗਾਏ ਜਾ ਰਹੇ ਨੇ, ਧੰਨ ਧੰਨ ਸਤਿਗੁਰੂ ਤੇਰਾ ਆਸਰਾ ਨਾਂ ਦੇ ਨਾਰੇ ਜੋ ਡੇਰਾ ਪ੍ਰੇਮੀਆਂ ਵੱਲੋਂ ਲਗਾਏ ਜਾ ਰਹੇ ਨੇ। ਡੇਰਾ ਪ੍ਰੇਮੀਆਂ ਦੀ ਆਮਦ ਅਜੇ ਵੀ ਜਾਰੀ ਹੈ, ਹਾਲਾਂਕਿ ਜਿਹੜਾ ਪੰਚਕੂਲਾ ਦੀਆਂ ਸਰਹੱਦਾਂ ਜਿਹੜੀਆਂ ਉਹ ਸੀਲ ਕਰ ਦਿੱਤੀਆਂ ਗਈਆਂ। ਚੰਡੀਗੜ੍ਹ ਤੋਂ ਆਉਂਦੇ ਰਸਤੇ, ਜ਼ੀਰਕਪੁਰ ਤੋਂ ਆਉਂਦੇ ਰਸਤੇ, ਮੋਹਾਲੀ ਤੋਂ ਆਉਂਦੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਨੇ। ਫਿਰ ਵੀ ਇਹ ਸਵਾਲ ਉੱਠਦਾ ਹੈ ਕਿ ਇੰਨੇ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਇੱਥੇ ਕਿਵੇਂ ਪਹੁੰਚੇ ਨੇ। ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਰਾਤ ਨੂੰ, ਕੱਲ੍ਹ ਜੋ ਰਾਤ ਗੁਜ਼ਰੀ ਹੈ ਉਸ ਰਾਤ ਨੂੰ ਜਿਹੜਾ ਬੱਸਾਂ ਭਰ ਭਰ ਕੇ ਡੇਰਾ ਪ੍ਰੇਮੀਆਂ ਨੂੰ ਪੰਚਕੂਲਾ ਤੋਂ ਬਾਹਰ ਪਹੁੰਚਾਇਆ ਜਾਏਗਾ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਤੁਸੀਂ ਦੇਖ ਸਕਦੇ ਹੋ ਕਿ ਪੰਚਕੂਲਾ ਦੀ ਸੜਕਾਂ 'ਤੇ ਡੇਰਾ ਪ੍ਰੇਮੀ ਕਿਵੇਂ ਪਹੁੰਚੇ ਹੋਏ ਨੇ ਅਤੇ ਤਾਇਨਾਤੀ ਜਿਹੜੀ ਫੋਰਸ ਦੀ ਉਹ ਲਗਾਤਾਰ ਜਾਰੀ ਹੈ। ਧਾਰਾ 144, ਇਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇੱਥੇ ਧਾਰਾ 144 ਲੱਗੀ ਹੋਈ ਹੈ, ਪਰ ਧਾਰਾ 144 ਦੀਆਂ ਧੱਜੀਆਂ ਇੱਥੇ ਉੱਡਦੀਆਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਕੱਲ੍ਹ ਹਾਈ ਕੋਰਟ ਨੇ ਫਟਕਾਰ ਲਗਾਈ ਸੀ ਹਰਿਆਣਾ ਸਰਕਾਰ ਨੂੰ ਕਿ 144 ਧਾਰਾ ਕਿਤੇ ਵੀ ਨਜ਼ਰ ਕਿਉਂ ਨਹੀਂ ਆ ਰਹੀ, ਸਰਕਾਰ ਇਸ ਵਿੱਚ ਫੇਲ ਕਿਉਂ ਹੋਈ ਹੈ। ਅਦਾਲਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਦਾਲਤ ਦੇ ਚਾਰੇ ਪਾਸਿਆਂ ਦੀਆਂ ਸੜਕਾਂ ਸੀਲ ਕਰ ਦਿੱਤੀਆਂ ਗਈਆਂ ਨੇ। ਡੇਰਾ ਪ੍ਰੇਮੀਆਂ ਨੂੰ ਇੱਥੇ ਹੀ ਰੋਕ ਲਿਆ ਗਿਆ ਹੈ। ਉਹ ਅੱਗੇ ਕੀ ਬਣਦਾ ਆਉਣ ਸਮੇਂ ਵਿੱਚ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਿੰਦੇ ਰਹਾਂਗੇ। 2 ਵਜੇ ਦੇ ਕਰੀਬ ਟਾਈਮ ਇਸ ਵੇਲੇ ਹੋ ਚੁੱਕਾ ਹੈ ਅਤੇ ਪੰਚਕੂਲਾ ਦੇ ਉਸ ਚੌਂਕ ਵਿੱਚ ਜੋ ਕਿ ਅਦਾਲਤ ਤੋਂ ਪਿਛਲਾ ਚੌਂਕ ਹੈ, ਉਸ ਚੌਂਕ ਦੇ ਵਿੱਚ ਭੀੜ ਲਗਾਤਾਰ ਵੱਧਦੀ ਜਾ ਰਹੀ ਹੈ। ਆਪਸੀ ਤਣਾਤਣੀ ਵੀ ਵੱਧਦੀ ਜਾ ਰਹੀ ਹੈ। ਜਿਹੜੇ ਡੇਰਾ ਪ੍ਰੇਮੀ ਨੇ ਉਹ ਵੀ ਆਪਣੀ ਪੁਜੀਸ਼ਨ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ। ਚੌਂਕ ਦੇ ਵਿੱਚ ਚਾਰੋਂ ਪਾਸੇ ਡੇਰਾ ਪ੍ਰੇਮੀ ਜਿਹੜੇ ਅੱਗੇ ਵੱਧਦੇ ਨਜ਼ਰ ਆ ਰਹੇ ਨੇ। ਹਾਲਾਂਕਿ ਉਹ ਆਪਣੀ ਹੱਦ ਵਿੱਚ ਹੀ ਨੇ, ਪਰ ਫਿਰ ਵੀ ਜਿਹੜੀ ਤਣਾਤਣੀ ਹੈ ਉਹ ਪਹਿਲਾਂ ਨਾਲੋਂ ਗਹਿਮਾ ਗਹਿਮੀ ਜ਼ਿਆਦਾ ਵਧੀ ਹੈ। ਪੁਲਿਸ ਨੇ ਵੀ, ਜਿਹੜੀ CRPF ਅਤੇ ਪੁਲਿਸ ਹੈ, ਉਹ ਵੀ ਮੁਸ਼ਤੈਦ ਹੁੰਦੀ ਦਿਖਾਈ ਦੇ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਟੁਕੜੀਆਂ ਨੇ ਉਹ ਆਪਣੀ ਪੁਜੀਸ਼ਨ ਲੈ ਚੁੱਕੀਆਂ ਨੇ ਇਸ ਵੇਲੇ। ਜਿਹੜੇ ਵਾਟਰ ਕੈਨਨ ਦੀਆਂ ਗੱਡੀਆਂ ਨੇ ਜਿਹੜੀਆਂ, ਉਹਨਾਂ ਦੇ ਮੂੰਹ ਵੀ ਭੀੜ ਵੱਲ ਨੂੰ ਕਰ ਦਿੱਤੇ ਗਏ ਨੇ, ਡੇਰਾ ਪ੍ਰੇਮੀਆਂ ਵੱਲ ਨੂੰ ਕਰ ਦਿੱਤੇ ਗਏ ਨੇ। ਸੋ ਇਸ ਚੌਂਕ ਦੇ ਵਿੱਚ ਮਾਹੌਲ ਹੁਣ ਗਰਮ ਹੁੰਦਾ ਦਿਖਾਈ ਦੇ ਰਿਹਾ। ਖਬਰਾਂ ਆ ਰਹੀਆਂ ਨੇ ਕਿ ਕੁਛ ਮਿੰਟ ਦੇ ਵਿੱਚ ਹੀ ਡੇਰਾ ਮੁਖੀ ਜੋ ਅਦਾਲਤ ਦੇ ਵਿੱਚ ਪਹੁੰਚ ਜਾਣਗੇ। ਉਸ ਨੂੰ ਲੈ ਕੇ ਡੇਰਾ ਪ੍ਰੇਮੀਆਂ ਵਿੱਚ ਵੀ ਕਾਫੀ ਉਤਸੁਕਤਾ ਬਣੀ ਹੋਈ ਹੈ ਕਿ ਕਦੋਂ ਡੇਰਾ ਮੁਖੀ ਜਿਹੜੇ ਨੇ ਉਹ ਅਦਾਲਤ ਵਿੱਚ ਪਹੁੰਚਦੇ ਨੇ। ਇਹਨਾਂ ਦੀ ਪੇਸ਼ੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਤਕਰੀਬਨ ਅੱਧਾ ਘੰਟਾ ਬਾਅਦ, ਯਾਨੀ ਕਿ 2:30 ਵਜੇ ਦੇ ਕਰੀਬ ਇਹ ਫੈਸਲਾ ਆਉਣ ਦੀ ਉਮੀਦ ਹੈ, ਜਿਸ ਨੂੰ ਲੈ ਕੇ ਡੇਰਾ ਪ੍ਰੇਮੀ ਇੱਥੇ ਬੜੀ ਉਤਸੁਕਤਾ ਨਾਲ ਉਸ ਫੈਸਲੇ ਦੀ ਉਡੀਕ ਕਰ ਰਹੇ ਨੇ। ਦੇਖਣ ਵਾਲੀ ਗੱਲ ਹੁਣ ਇਹ ਹੋਏਗੀ ਕਿ ਉਸ ਫੈਸਲੇ ਤੋਂ ਬਾਅਦ, ਜੋ ਵੀ ਫੈਸਲਾ ਆਉਂਦਾ ਉਸ ਫੈਸਲੇ ਤੋਂ ਬਾਅਦ, ਇਸ ਜਗ੍ਹਾ ਦਾ ਮਾਹੌਲ ਕੀ ਹੋਏਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਅਸੀਂ ਤੁਹਾਨੂੰ ਲਗਾਤਾਰ ਹਰ ਮਿੰਟ ਦੀ ਅਪਡੇਟ ਦੇ ਰਹੇ ਹਾਂ ਦ ਪੰਜਾਬ TV 'ਤੇ ਕਿ ਕੀ ਮਾਹੌਲ ਇੱਥੇ ਪੰਚਕੂਲਾ ਵਿੱਚ ਚੱਲ ਰਿਹਾ ਹੈ ਡੇਰਾ ਮੁਖੀ ਦੀ ਪੇਸ਼ੀ ਨੂੰ ਲੈ ਕੇ। ਫੈਸਲਾ ਕੁਝ ਦੇਰ ਬਾਅਦ ਆਏਗਾ, ਉਸ ਫੈਸਲੇ ਤੋਂ ਬਾਅਦ ਕੀ ਮਾਹੌਲ ਬਣਦਾ ਹੈ ਦ ਪੰਜਾਬ TV ਤੁਹਾਨੂੰ ਉਹ ਵੀ ਦਿਖਾਏਗਾ। ਹੁਣੇ ਹੁਣੇ ਇੱਕ ਤਾਜ਼ਾ ਖਬਰ ਮਿਲ ਰਹੀ ਹੈ ਕਿ 2 ਵਜੇ ਦੇ ਕਰੀਬ ਜਿਹੜੇ ਡੇਰਾ ਮੁਖੀ ਰਾਮ ਰਹੀਮ ਨੇ ਉਹ ਅਦਾਲਤ ਵਿੱਚ ਪਹੁੰਚ ਚੁੱਕੇ ਨੇ। ਦੱਸਿਆ ਜਾ ਰਿਹਾ ਕਿ ਉਹਨਾਂ ਦੇ ਨਾਲ 1000 ਗੱਡੀਆਂ ਦਾ ਕਾਫਲਾ ਜਿਹੜਾ ਉਹ ਕੋਰਟ ਪਰਿਸਰ ਦੇ ਵਿੱਚ ਦਾਖਲ ਹੋਇਆ। ਉਹਨਾਂ ਨੂੰ ਪਿਛਲੇ ਜਿਹੜੇ ਦਰਵਾਜ਼ੇ ਦੇ ਰਾਹੀਂ ਉਹਨਾਂ ਨੂੰ ਅੰਦਰ ਪਹੁੰਚਾਇਆ ਗਿਆ ਅਤੇ ਇਸ ਚੌਂਕ ਦੇ ਵਿੱਚ ਤੁਸੀਂ ਭੀੜ ਦੇਖ ਸਕਦੇ ਹੋ ਕਿ ਪਹਿਲਾਂ ਦੀ ਤਰ੍ਹਾਂ ਹੀ ਬਣੀ ਹੋਈ ਹੈ। ਲੋਕ ਬੈਠੇ ਹੋਏ ਨੇ, ਤਰ੍ਹਾਂ ਤਰ੍ਹਾਂ ਦੇ ਸਮਰਥਕ ਇੱਥੇ ਡੇਰਾ ਪ੍ਰੇਮੀ ਪਹੁੰਚੇ ਹੋਏ ਨੇ ਜੋ ਕਿ ਸਿਰਫ ਇਸੇ ਇੰਤਜ਼ਾਰ ਵਿੱਚ ਨੇ ਕਿ ਕੀ ਫੈਸਲਾ ਡੇਰਾ ਮੁਖੀ ਦੇ ਪੱਖ ਵਿੱਚ ਆਉਂਦਾ ਹੈ ਜਾਂ ਫਿਰ ਖਿਲਾਫ ਆਉਂਦਾ ਹੈ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਡੇਰਾ ਮੁਖੀ ਨੂੰ ਕੋਰਟ ਦੇ ਪਿਛਲੇ ਦਰਵਾਜ਼ੇ ਦੇ ਰਾਹੀਂ ਅੰਦਰ ਲਿਜਾਇਆ ਗਿਆ ਹੈ। ਸਖਤ ਸੁਰੱਖਿਆ ਕੋਰਟ ਦੀ ਬਣਾ ਕੇ ਰੱਖੀ ਹੋਈ ਹੈ। ਉੱਥੇ ਆਰਮੀ ਵੀ ਡਿਪਲੋਏ ਕੀਤੀ ਗਈ ਹੈ, ਪੁਲਿਸ ਦੇ ਜਵਾਨ ਵੀ ਡਿਪਲੋਏ ਕੀਤੇ ਗਏ ਨੇ ਅਤੇ 800 ਤੋਂ 1000 ਗੱਡੀਆਂ ਦਾ ਕਾਫਲਾ ਡੇਰਾ ਮੁਖੀ ਦੇ ਨਾਲ ਉੱਥੇ ਦੱਸਿਆ ਜਾ ਰਿਹਾ ਹੈ। ਇਸ ਵੇਲੇ ਦੀ ਵੱਡੀ ਨਿਊਜ਼, ਡੇਰਾ ਮੁਖੀ ਅਦਾਲਤ ਵਿੱਚ ਪਹੁੰਚ ਚੁੱਕੇ ਨੇ।
ਹੁਣੇ ਹੁਣੇ ਇੱਕ ਤਾਜ਼ਾ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ। ਹੁਣੇ ਡੇਰਾ ਪ੍ਰੇਮੀ ਉੱਠ ਕੇ ਤਾੜੀਆਂ ਵਜਾ ਕੇ ਭੰਗੜਾ ਪਾ ਕੇ ਹਟੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਗੁਰੂ ਨੂੰ ਜਿਹੜੀ ਸਜ਼ਾ ਹੈ ਉਹ ਨਹੀਂ ਹੋਈ, ਮਾਫ਼ ਹੋ ਚੁੱਕੀ ਹੈ, ਪਰ ਕਿਹਾ ਜਾ ਰਿਹਾ ਕਿ ਇਹ ਸਿਰਫ ਇੱਕ ਅਫਵਾਹ ਸੀ, ਮਾਤਰ ਇੱਕ ਅਫਵਾਹ ਸੀ, ਅਜਿਹਾ ਕੁਝ ਵੀ ਨਹੀਂ ਹੋਇਆ, ਅਜੇ ਫੈਸਲਾ ਨਹੀਂ ਆਇਆ, ਅਜੇ ਕੋਈ ਵੀ ਸਜ਼ਾ ਜਾਂ ਫਿਰ ਬਰੀ ਵਾਲਾ ਕੋਈ ਵੀ ਕੰਮ ਨਹੀਂ ਹੋਇਆ। ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਕਿ ਭੰਗੜਾ ਪਾ ਕੇ ਹੁਣੇ ਡੇਰਾ ਪ੍ਰੇਮੀ ਹਟੇ ਨੇ, ਨਾਅਰੇਬਾਜ਼ੀ ਲਗਾ ਕੇ ਹਟੇ ਨੇ, ਸਤਿਗੁਰ ਦਾ ਜੋ ਜੈਕਾਰੇ ਲਗਾ ਕੇ ਹਟੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਗੁਰੂ ਨੂੰ ਜਿਹੜੀ ਬਰੀ ਹੋ ਚੁੱਕੇ ਨੇ, ਐਲਾਨ ਹੋ ਚੁੱਕਾ, ਪਰ ਅਜਿਹਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ, ਅਜੇ ਕੁਝ ਵੀ ਨਹੀਂ ਹੋਇਆ, ਅਜੇ ਸੁਣਵਾਈ ਜਾ ਰਹੀ ਹੈ, ਅਜੇ ਫੈਸਲਾ ਨਹੀਂ ਆਇਆ। ਹੁਣੇ ਹੁਣੇ ਇੱਥੇ ਇੱਕ ਅਫਵਾਹ ਫੈਲੀ ਕਿ ਉਹਨਾਂ ਨੂੰ ਜਿਹੜੀ ਸਜ਼ਾ ਹੈ ਉਹ ਨਹੀਂ ਹੋਈ, ਫੈਸਲਾ ਆ ਚੁੱਕਾ ਹੈ, ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਜੇ ਅਜਿਹਾ ਕੁਝ ਵੀ ਨਹੀਂ ਹੋਇਆ, ਅਜੇ ਸੁਣਵਾਈ ਜਾਰੀ ਹੈ। ਇੱਥੇ ਅਸੀਂ ਤੁਹਾਨੂੰ ਹੁਣ ਇੱਕ ਤਾਜ਼ਾ ਅਪਡੇਟ ਦੇਣਾ ਚਾਹੁੰਦੇ ਹਾਂ। ਫੈਸਲਾ ਜੱਜ ਵੱਲੋਂ ਪੜਿਆ ਜਾ ਰਿਹਾ, ਸ਼ੁਰੂਆਤ ਕਰ ਦਿੱਤੀ ਗਈ ਹੈ, ਰਾਮ ਰਹੀਮ ਕੋਰਟ ਵਿੱਚ ਮੌਜੂਦ ਨੇ, ਉਹਨਾਂ ਦੇ ਸਾਹਮਣੇ ਫੈਸਲਾ ਪੜਨ ਦੀ ਸ਼ੁਰੂਆਤ ਹੋ ਚੁੱਕੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਫੈਸਲਾ ਪੱਖ 'ਚ ਜਾਂਦਾ ਜਾਂ ਫਿਰ ਖਿਲਾਫ, ਜੇਕਰ ਖਿਲਾਫ ਗਿਆ ਤਾਂ ਕੋਰਟ ਵਿੱਚੋਂ ਹੀ ਡੇਰਾ ਮੁਖੀ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਜਿਹੜੀ ਕੀਤੀ ਜਾਵੇਗੀ, ਪਰ ਜੇਕਰ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ, ਉਹਨਾਂ ਦੇ ਪੱਖ ਵਿੱਚ ਫੈਸਲਾ ਆਉਂਦਾ ਹੈ, ਤਾਂ ਇੱਥੇ ਖੜ੍ਹੇ ਡੇਰਾ ਸਮਰਥਕ ਇੱਕ ਵਾਰ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਭੰਗੜਾ ਪਾ ਚੁੱਕੇ ਨੇ, ਅਤੇ ਜੋ ਜੇ ਉਹਨਾਂ ਦੇ ਪੱਖ ਵਿੱਚ ਆਉਂਦਾ ਤਾਂ ਇੱਥੇ ਦਾ ਡੇਰਾ ਸਮਰਥਕਾਂ ਦੇ ਵਿੱਚ ਖੁਸ਼ੀ ਵਾਲੀ ਲਹਿਰ ਹੋਏਗੀ, ਪਰ ਜੇਕਰ ਫੈਸਲਾ ਖਿਲਾਫ ਹੁੰਦਾ ਤਾਂ ਫਿਰ ਕੀ ਮਾਹੌਲ ਹੋਏਗਾ, ਉਹ ਅਸੀਂ ਤੁਹਾਨੂੰ ਇੱਥੋਂ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ। ਇਸ ਵੇਲੇ ਦੀ ਵੱਡੀ ਖਬਰ ਪੰਚਕੁਲਾ ਅਦਾਲਤ ਤੋਂ ਆ ਰਹੀ ਹੈ। ਰਾਮ ਰਹੀਮ ਨੂੰ ਜੋ ਫੈਸਲਾ ਪੜਿਆ ਜਾ ਰਿਹਾ ਸੀ ਉਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਵੇਲੇ ਦੀ ਵੱਡੀ ਖਬਰ, ਰਾਮ ਰਹੀਮ ਜੋ ਕਿ ਡੇਰਾ ਮੁਖੀ, ਡੇਰਾ ਸਿਰਸਾ ਦੇ ਮੁਖੀ ਨੇ, ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇੱਥੇ ਜਿਹੜਾ ਡੇਰਾ ਪ੍ਰੇਮੀ ਜਿਹੜੇ ਇਕੱਠੇ ਹੋਏ ਨੇ, ਉਹਨਾਂ ਦਾ ਇਸ 'ਤੇ ਕੀ ਰਿਐਕਸ਼ਨ ਹੋਏਗਾ ਵੀ ਦੇਖਣ ਵਾਲੀ ਗੱਲ ਹੋਏਗੀ। ਸਜ਼ਾ ਦਾ ਅਜੇ ਅਨਾਊਂਸਮੈਂਟ ਹੋਣੀ ਹੈ, ਅਜੇ ਪੜਿਆ ਜਾ ਰਹੀ, ਸਜ਼ਾ ਪੜੀ ਜਾ ਰਹੀ ਹੈ, ਜੱਜ ਜਗਜੀਤ ਸਿੰਘ ਉਹ ਸਜ਼ਾ ਪੜ ਰਹੇ ਨੇ, ਪਰ ਉਹਨਾਂ ਨੂੰ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਕਿ ਉਹਨਾਂ ਨੂੰ ਦੋਸ਼ੀ ਕਰਾਰ ਸਾਧਵੀ ਯੌਣ ਮਾਮਲੇ ਦੇ ਵਿੱਚ ਦੇ ਦਿੱਤਾ ਗਿਆ ਹੈ। ਇਸ ਵੇਲੇ ਦੀ ਵੱਡੀ ਖਬਰ, ਅਸੀਂ ਤੁਹਾਨੂੰ ਹੁਣੇ ਖਬਰ ਦੇ ਕੇ ਹਟੇ ਹਾਂ ਕਿ ਜਿਹੜੇ ਬਾਬਾ ਰਾਮ ਰਹੀਮ ਜਿਹੜੇ ਡੇਰਾ ਮੁਖੀ ਨੇ, ਉਹਨਾਂ ਨੂੰ ਦੋਸ਼ੀ ਕਰਾਰ ਇਸ ਮਾਮਲੇ ਵਿੱਚ ਦੇ ਦਿੱਤਾ ਗਿਆ ਹੈ। ਪੰਚਕੁਲਾ ਦੇ ਜਿਸ ਚੌਂਕ 'ਤੇ ਅਸੀਂ ਖੜੇ ਸੀ, ਜਿੱਥੇ ਡੇਰਾ ਸਮਰਥਕ ਇਕੱਤਰ ਹੋਏ ਨੇ, ਉੱਥੇ ਦਾ ਮਾਹੌਲ ਹੋਰ ਵੀ ਤਣਾਅਪੂਰਨ ਹੋ ਚੁੱਕਿਆ ਹੈ। ਡੇਰਾ ਜਿਹੜੇ ਪ੍ਰੇਮੀ ਨੇ ਉਹ ਭੜਕ ਚੁੱਕੇ ਨੇ, ਜਦੋਂ ਵੀ ਉਹਨਾਂ ਨੇ ਜਦੋਂ ਹੀ ਉਹਨਾਂ ਨੂੰ ਖਬਰ ਮਿਲੀ ਕਿ ਜਿਹੜੇ ਦੋਸ਼ੀ ਕਰਾਰ ਦੇ ਦਿੱਤੇ ਗਏ ਨੇ ਬਲਾਤਕਾਰ ਦੇ ਮਾਮਲੇ ਵਿੱਚ ਡੇਰਾ ਮੁਖੀ, ਉਸ ਤੋਂ ਬਾਅਦ ਉਹ ਡੇਰਾ ਸਮਰਥਕ ਕਾਫੀ ਭੜਕੇ ਹੋਏ ਦਿਖਾਈ ਦੇ ਰਹੇ ਨੇ। ਤੁਹਾਨੂੰ ਅਸੀਂ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਉਸ ਜਗ੍ਹਾ ਦੀਆਂ ਜਿੱਥੇ ਡੇਰਾ ਪ੍ਰੇਮੀ ਇਕੱਤਰ ਹੋਏ ਸਨ, ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉੱਥੋਂ ਦੀਆਂ ਜਿੱਥੇ ਡੇਰਾ ਪ੍ਰੇਮੀ ਇਕੱਤਰ ਨੇ, ਉਹਨਾਂ ਵਿੱਚ ਤਣਾਅ ਦਾ ਮਾਹੌਲ ਹੋਰ ਵੀ ਵੱਧਦਾ ਜਾ ਰਿਹਾ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਡੇਰਾ ਮੁਖੀ ਨੂੰ। ਇੱਕ ਵੱਡੀ ਖਬਰ ਇਸ ਮਾਮਲੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ। ਡੇਰਾ ਮੁਖੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਤੁਹਾਨੂੰ ਦੱਸ ਚੁੱਕੇ ਹਾਂ ਕਿ ਉਹਨਾਂ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਅਤੇ ਜਿਹੜੀ ਸਜ਼ਾ ਹੈ ਉਹ ਸੋਮਵਾਰ ਨੂੰ ਸੁਣਾਈ ਜਾਏਗੀ। ਉਦੋਂ ਤੱਕ ਡੇਰਾ ਮੁਖੀ ਜੇਲ੍ਹ ਵਿੱਚ ਰਹਿਣਗੇ, ਉਹਨਾਂ ਨੂੰ ਜੇਲ੍ਹ ਲਿਜਾਇਆ ਜਾ ਰਿਹਾ, ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਵੇਲੇ ਦੀ ਵੱਡੀ ਖਬਰ, ਜੋ ਤਣਾਤਣੀ ਜੋ ਪੰਜਾਬ ਅਤੇ ਹਰਿਆਣਾ ਦੋ ਸੂਬਿਆਂ ਵਿੱਚ ਬਣੀ ਹੋਈ ਸੀ, ਉਸ ਤੋਂ ਬਾਅਦ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਅਤੇ ਉਹਨਾਂ ਨੂੰ ਹੁਣ ਹਿਰਾਸਤ ਵਿੱਚ ਲੈ ਲਿਆ ਗਿਆ, ਜੇਲ੍ਹ ਵਿੱਚ ਲੈ ਕੇ ਉਹਨਾਂ ਨੂੰ ਜਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਜਿਹੜੀ ਸਜ਼ਾ ਹੈ ਉਹ ਸੋਮਵਾਰ ਨੂੰ ਸੁਣਾਈ ਜਾਏਗੀ। ਫਿਲਹਾਲ ਉਹਨਾਂ 'ਤੇ ਦੋਸ਼ ਤੈਅ ਹੋ ਚੁੱਕੇ ਨੇ। ਕਿਹਾ ਜਾ ਰਿਹਾ ਕਿ ਜਿਹੜੀ ਸਜ਼ਾ ਹੈ 3 ਸਾਲ ਤੋਂ ਘੱਟ ਦੀ ਨਹੀਂ ਹੋ ਸਕਦੀ ਹੈ, ਕਿਆ ਸਰਾਈਆਂ ਲਗਾਈਆਂ ਜਾ ਰਹੀਆਂ। ਫਿਲਹਾਲ ਜਿਹੜੀ ਡੇਰਾ ਪ੍ਰੇਮੀ ਇੱਥੇ ਇਕੱਤਰ ਹੋਏ ਨੇ, ਜਿੱਥੇ ਅਸੀਂ ਖੜ੍ਹੇ ਸੀ ਉਸੇ ਚੌਂਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਤਣਾਤਣੀ ਲਗਾਤਾਰ ਵੱਧਦੀ ਹੋਈ, ਆਰਮੀ ਜਿਹੜੀ ਲੱਗੀ ਹੋਈ ਹੈ ਇੱਥੇ ਉਹ ਵੀ ਤਣ ਗਈ ਹੈ, ਅਤੇ ਡੇਰਾ ਪ੍ਰੇਮੀ ਵੀ ਜੋ ਇਕੱਤਰ ਹੋਏ ਸਨ ਉਹ ਵੀ ਗੁੱਸੇ ਵਿੱਚ ਦਿਖਾਈ ਦੇ ਰਹੇ ਨੇ। ਫਿਲਹਾਲ ਇੱਥੋਂ ਦਾ ਮਾਹੌਲ ਕੀ ਬਣਦਾ ਹੈ ਲਗਾਤਾਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ, ਅਥਰੂ ਗੈਸ ਦੇ ਗੋਲੇ ਜੋ ਆਰਮੀ ਵੱਲੋਂ ਚਲਾ ਦਿੱਤੇ ਗਏ ਨੇ ਡੇਰਾ ਪ੍ਰੇਮੀਆਂ ਦੇ ਵੱਲ, ਇੱਥੇ ਆਵਾਜ਼ਾਂ ਆ ਰਹੀਆਂ ਨੇ। ਉਸ ਚੌਂਕ 'ਤੇ ਖੜ੍ਹੇ ਹਾਂ ਜਿੱਥੇ ਡੇਰਾ ਪ੍ਰੇਮੀ ਇਕੱਤਰ ਹੋਏ ਸਨ, ਉੱਪਰੋਂ ਹੈਲੀਕਾਪਟਰ ਵੀ ਲੰਘਦਾ ਦਿਖਾਈ ਦੇ ਰਿਹਾ। ਹਾਲਾਤ ਤਣਾਅਪੂਰਨ ਹੋ ਚੁੱਕੇ ਨੇ, ਆਰਮੀ ਵੀ ਪੂਰੀ ਤਣੀ ਖੜ੍ਹੀ ਹੋਈ ਹੈ, ਅਥਰੂ ਗੈਸ ਦੇ ਗੋਲਿਆਂ ਵਾਲੀਆਂ ਬੰਦੂਕਾਂ ਹੱਥ ਵਿੱਚ ਆਰਮੀ ਵਾਲਿਆਂ ਦੇ ਹਨ, ਲਾਠੀਚਾਰਜ ਲਈ ਤਿਆਰ, ਆਪਣੇ ਪੂਰੀ ਪੁਜੀਸ਼ਨ ਵਿੱਚ ਆਰਮੀ ਦੇ ਪੁਲਿਸ ਮੁਲਾਜ਼ਮ ਆ ਚੁੱਕੇ ਨੇ, ਪਰ ਡੇਰਾ ਪ੍ਰੇਮੀ ਅਜੇ ਤੱਕ ਕਿਸੇ ਵੀ ਹਰਕਤ ਵਿੱਚ ਦਿਖਾਈ ਨਹੀਂ ਦੇ ਰਿਹਾ। ਜੋ ਇਸ ਚੌਂਕ ਵਿੱਚ ਬੈਠੇ ਹੋਏ ਨੇ ਉਹ ਇੱਕ ਦੂਜੇ ਨੂੰ ਸ਼ਾਂਤੀ ਦੀ ਅਪੀਲ, ਬੈਠਣ ਦੀ ਅਪੀਲ ਕਰ ਰਹੇ ਨੇ। ਮਾਹੌਲ ਤਣਾਅਪੂਰਨ ਇੱਕ ਵਾਰ ਫਿਰ ਤੋਂ ਹੋ ਚੁੱਕਿਆ ਹੈ।
ਤਣਾਅ ਦੀ ਸਥਿਤੀ ਇੱਥੇ ਲਗਾਤਾਰ ਬਣੀ ਹੋਈ ਹੈ, ਮਾਹੌਲ ਵਿਗੜਦਾ ਦਿਖਾਈ ਦੇ ਰਿਹਾ। ਹਾਲਾਂਕਿ ਡੇਰਾ ਪ੍ਰੇਮੀਆਂ ਵੱਲੋਂ ਇੱਕ ਦੂਜੇ ਨੂੰ ਸ਼ਾਂਤੀ ਦੀ ਅਪੀਲ ਕੀਤੀ ਜਾ ਰਹੀ ਹੈ, ਬਿਠਾਇਆ ਜਾ ਰਿਹਾ ਹੈ, ਪਰ ਅਥਰੂ ਗੈਸ ਦੇ ਗੋਲਿਆਂ ਦੀਆਂ ਆਵਾਜ਼ਾਂ ਇੱਥੋਂ ਤੱਕ ਸੁਣਾਈ ਦਿੱਤੀਆਂ, ਜਿਸ ਨੂੰ ਲੈ ਕੇ ਡੇਰਾ ਪ੍ਰੇਮੀ ਭੜਕੇ ਦਿਖਾਈ ਦੇ ਰਹੇ ਨੇ। ਹਾਲਾਤ ਇੱਕ ਵਾਰ ਫਿਰ ਤੋਂ ਤਣਾਅਪੂਰਨ। ਮੀਡੀਆ ਦੀ ਜੋ ਓਬੀ ਵੈਨ ਹੈ ਉਸ ਨੂੰ ਭੰਨ ਦਿੱਤਾ ਗਿਆ, ਡੰਡੇ ਲੈ ਕੇ ਡੇਰਾ ਸਮਰਥਕ ਉੱਥੇ ਪਹੁੰਚ ਚੁੱਕੇ ਨੇ, ਉਹ ਪਲਟਾ ਦਿੱਤੀ ਗਈ। ਓਬੀ ਵੈਨ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਓਬੀ ਵੈਨ ਨੂੰ ਪਲਟਾਉਣ ਦੀ ਕੋਸ਼ਿਸ਼ ਇੱਥੇ ਡੇਰਾ ਸਮਰਥਕਾਂ ਵੱਲੋਂ ਕੀਤੀ ਜਾ ਰਹੀ ਹੈ। ਹਮਲਾ ਕਰ ਦਿੱਤਾ ਗਿਆ, ਮੀਡੀਆ ਦੇ ਗੱਡੀਆਂ ਉੱਪਰ ਹਮਲਾ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਨੁਕਸਾਨ ਜੋ ਮੀਡੀਆ ਨੂੰ ਪਹੁੰਚਾਇਆ ਗਿਆ ਹੈ, ਪੁਲਿਸ ਵੀ ਕੋਈ ਕਾਰਵਾਈ ਕਰਦੀ ਇੱਥੇ ਦਿਖਾਈ ਨਹੀਂ ਦੇ ਰਹੀ। ਹਾਲਾਂਕਿ ਕੁਝ ਡੇਰਾ ਸਮਰਥਕ ਉਹਨਾਂ ਨੂੰ ਸ਼ਾਂਤ ਕਰਦੇ ਦਿਖਾਈ ਦੇ, ਪਰ ਮਾਹੌਲ ਬਿਲਕੁਲ ਤਣਾਅਪੂਰਨ ਹੋ ਚੁੱਕਿਆ ਹੈ। ਇੱਥੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ। ਓਬੀ ਵੈਨ ਨੂੰ ਪਲਟਾ ਦਿੱਤਾ ਗਿਆ ਹੈ, ਇੱਥੇ ਮੀਡੀਆ ਦੀ ਓਬੀ ਵੈਨ ਨੂੰ ਪਲਟਾ ਦਿੱਤਾ ਗਿਆ, ਲਗਾਤਾਰ ਉਸਦੀ ਭੰਨ ਤੋੜ ਜਾ ਰਹੀ ਹੈ। ਡੰਡੇ ਕੱਢ ਲਏ, ਹੌਕੀਆਂ ਕੱਢ ਲਈਆਂ ਗਈਆਂ ਨੇ ਡੇਰਾ ਸਮਰਥਕਾਂ ਦੇ ਵੱਲੋਂ, ਪਤਾ ਨਹੀਂ ਕਿੱਥੋਂ ਪੁਲਿਸ ਨੇ ਇੰਨੀ ਤਲਾਸ਼ੀ ਲਈ ਹੈ, ਪਰ ਫਿਰ ਵੀ ਜੋ ਭੰਨ ਤੋੜ ਦਾ ਸਮਾਨ ਹੈ ਉਹ ਡੇਰਾ ਸਮਰਥਕਾਂ ਵੱਲੋਂ ਕੱਢ ਲਿਆ ਗਿਆ ਹੈ ਅਤੇ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਹੋ ਹੱਲਾ ਡੇਰਾ ਸਮਰਥਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਡੰਡੇ ਕੱਢ ਲਿਆਂਦੇ ਗਏ ਨੇ, ਹੌਕੀਆਂ ਦੇ ਨਾਲ ਗੱਡੀਆਂ ਭੰਨੀਆਂ ਜਾ ਰਹੀਆਂ, ਉਹ ਵੀ ਵੈਨ ਨਾ ਜੋ ਮੀਡੀਆ ਦੇ ਨੇ ਉਹ ਭੰਨ ਦਿੱਤੀਆਂ ਗਈਆਂ ਨੇ। ਲਗਾਤਾਰ ਹਾਲਾਤ ਵਿਗੜਦੇ ਦਿਖਾਈ, ਦੂਜੀ ਵੈਨ ਨੂੰ ਵੀ ਪਲਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ, ਮੀਡੀਆ ਦੀ ਉਹ ਵੀ ਵੈਨ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਵੈਨ ਨੂੰ ਪਲਟਾ ਚੁੱਕੇ ਨੇ, ਭੰਨ ਤੋੜ ਕੀਤੀ ਜਾ ਰਹੀ ਹੈ। ਅਥਰੂ ਗੈਸ ਦੇ ਗੋਲੇ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ, ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ, ਦਾ ਪੰਜਾਬ ਟੀਵੀ ਤੁਹਾਨੂੰ ਦਿਖਾ ਰਿਹਾ। ਡੰਡੇ ਰੁੱਖ ਤੋੜ ਕੇ ਜੋ ਉਹਨਾਂ ਦੇ ਡੰਡੇ ਬਣਾ ਕੇ ਹਿੰਸਾ ਦਾ ਰੂਪ ਅਖਤਿਆਰ ਕਰ ਗਿਆ, ਜੋ ਇੱਥੇ ਭੀੜ ਇਕੱਠੀ ਹੋਈ ਸੀ, ਡੇਰਾ ਪ੍ਰੇਮੀ ਭੀੜ ਦੇ ਰੂਪ ਵਿੱਚ ਇੱਥੇ ਤਸਵੀਰਾਂ ਇੱਥੇ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ। ਡੇਰਾ ਪ੍ਰੇਮੀ ਪੂਰੀ ਤਰ੍ਹਾਂ ਭੜਕ ਚੁੱਕੇ ਨੇ, ਉਹਨਾਂ ਵੱਲੋਂ ਗੱਡੀਆਂ ਤੋੜ ਦਿੱਤੀਆਂ ਗਈਆਂ ਨੇ, ਪੁਲਿਸ ਨੇ ਉਹਨਾਂ ਦਾ ਖਿਲਾਫਤ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਲਾਈਵ ਤਸਵੀਰਾਂ ਦੇਖ ਚੁੱਕੇ ਹੋ, ਹੰਝੂ ਗੈਸ ਦੇ ਗੋਲੇ ਜੋ ਛੱਡੇ ਜਾ ਰਹੇ ਨੇ, ਉਹ ਵੀ ਵੈਨਾਂ ਮੀਡੀਆ ਨੇ ਤੋੜ ਦਿੱਤੀਆਂ ਗਈਆਂ ਨੇ। ਦਰਖਤ ਤੋੜ ਕੇ ਉਹਨਾਂ ਦੇ ਡੰਡੇ ਬਣਾ ਲਏ ਗਏ ਨੇ ਅਤੇ ਲਗਾਤਾਰ ਭੰਨ ਤੋੜ ਜਾ ਰਹੀ ਹੈ। ਇੱਕ ਹੋਰ ਉਹ ਵੀ ਵੈਨ ਨੂੰ ਪਲਟਾਉਣ ਦੀ ਕੋਸ਼ਿਸ਼ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਜਾ ਰਹੀ ਹੈ, ਪੂਰੀ ਤਰ੍ਹਾਂ ਉਸਦੀ ਭੰਨ ਤੋੜ ਕਰਕੇ ਉਸਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਚੁੱਕਾ ਹੈ, ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ, ਪਰ ਇਹਨਾਂ ਦਾ ਡੇਰਾ ਪ੍ਰੇਮੀਆਂ 'ਤੇ ਕੋਈ ਵੀ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ, ਦਾ ਪੰਜਾਬ ਟੀਵੀ ਤੁਹਾਨੂੰ ਦਿਖਾ ਰਿਹਾ, ਮਾਹੌਲ ਬਿਲਕੁਲ ਖਰਾਬ ਹੋ ਚੁੱਕਿਆ। ਉਹ ਵੀ ਵੈਨ ਨੂੰ ਪਲਟਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ, ਦੋ ਵੈਨਾਂ ਨੂੰ ਪਲਟਾ ਚੁੱਕੇ ਨੇ, ਇੱਕ ਨੂੰ ਤੋੜ ਚੁੱਕੇ ਨੇ ਅਤੇ ਤੀਜੀ ਵੈਨ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਹਮਲਾ ਜੋ ਡੇਰਾ ਪ੍ਰੇਮੀਆਂ ਨੇ ਬੋਲਿਆ ਉਹ ਮੀਡੀਆ 'ਤੇ ਬੋਲਿਆ, ਪੁਲਿਸ ਵੱਲ ਅਜੇ ਤੱਕ ਕੋਈ ਵੀ ਡੇਰਾ ਸਮਰਥਕ ਨਹੀਂ ਪਹੁੰਚਿਆ। ਤੁਸੀਂ ਲਾਈਵ ਤਸਵੀਰਾਂ ਦਾ ਪੰਜਾਬ ਟੀਵੀ 'ਤੇ ਦੇਖ ਰਹੇ ਹੋ। ਵਾਟਰ ਕੈਨਨ ਦਾ ਇਸਤੇਮਾਲ ਸ਼ੁਰੂ ਹੋ ਚੁੱਕਾ, ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਚੁੱਕਾ, ਹੰਝੂ ਗੈਸ ਦੇ ਗੋਲੇ ਚਲਾਉਣ ਤੋਂ ਬਾਅਦ ਹੁਣ ਵਾਟਰ ਕੈਨਨ ਦਾ ਇਸਤੇਮਾਲ ਸ਼ੁਰੂ ਕੀਤਾ ਜਾ ਚੁੱਕਾ ਹੈ। ਲੱਗ ਇੰਜ ਰਿਹਾ ਜਿਵੇਂ ਪੁਲਿਸ ਪ੍ਰਸ਼ਾਸਨ ਇਸ ਭੀੜ ਨੂੰ ਰੋਕਣ ਵਿੱਚ ਨਾਕਾਮ ਰਹਿ ਰਿਹਾ ਹੋਵੇ। ਵਾਟਰ ਕੈਨਨ ਦੀਆਂ ਦੋ ਗੱਡੀਆਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ, ਉਹਨਾਂ ਉੱਤੇ ਪ੍ਰਸ਼ਾਸਨ ਹਰਕਤ ਵਿੱਚ ਆ ਚੁੱਕਿਆ ਹੈ। ਭੰਨ ਤੋੜ ਕਰਨ ਤੋਂ ਬਾਅਦ ਅਥਰੂ ਗੈਸ ਦੇ ਗੋਲੇ ਲਗਾਤਾਰ ਛੱਡੇ ਜਾ ਰਹੇ ਨੇ, ਤੁਸੀਂ ਸੁਣ ਸਕਦੇ ਹੋ, ਆਵਾਜ਼ ਸੁਣ ਸਕਦੇ ਹੋ, ਦੇਖ ਸਕਦੇ ਹੋ ਵਾਟਰ ਕੈਨਨ ਦਾ ਇਸਤੇਮਾਲ, ਵਾਟਰ ਦੀ ਪਾਣੀ ਦੀਆਂ ਬਛਾੜਾਂ ਦਾ ਇਸਤੇਮਾਲ, ਹੋਰ ਵੀ ਪੁਲਿਸ ਮੁਲਾਜ਼ਮ ਉੱਧਰ ਨੂੰ ਜਾਂਦੇ ਹੋਏ ਦਿਖਾਈ ਦੇ ਰਹੇ ਨੇ। ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ, ਪ੍ਰਸ਼ਾਸਨ ਦੇ ਜਿਹੜੇ ਹੋਰ ਵੀ ਅਧਿਕਾਰੀ ਨੇ ਉਹ ਜਾ ਰਹੇ ਨੇ, ਪੁਲਿਸ ਮੁਲਾਜ਼ਮ ਵੀ ਹੋਰ ਮੰਗਾਏ ਗਏ ਨੇ। ਤੁਸੀਂ ਲਾਈਵ ਤਸਵੀਰਾਂ ਤੁਹਾਨੂੰ ਦਾ ਪੰਜਾਬ ਟੀਵੀ ਇੱਥੇ ਦਿਖਾ ਰਿਹਾ, ਤੁਸੀਂ ਦੇਖ ਸਕਦੇ ਹੋ ਵਾਟਰ ਕੈਨਨ ਦਾ ਇਸਤੇਮਾਲ ਇੱਥੇ ਹੋਣਾ ਸ਼ੁਰੂ ਹੋ ਚੁੱਕਿਆ ਹੈ। ਲਾਈਵ ਤਸਵੀਰਾਂ ਦਾ ਪੰਜਾਬ ਟੀਵੀ ਤੁਹਾਨੂੰ ਦਿਖਾ ਰਿਹਾ। ਹੁਣ ਅਸੀਂ ਜਰਾ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਉਸ ਘਟਨਾ ਸਥਲ ਦੇ, ਤੁਹਾਨੂੰ ਤਸਵੀਰਾਂ ਜਰਾ ਨੇੜਿਓਂ ਦਿਖਾਉਂਦੇ ਹਾਂ। ਉਹ ਵੀ ਵੈਨ ਨੂੰ ਲਗਾਤਾਰ ਪਲਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆਉਂਦਾ ਹੈ ਦਿਖਾਈ ਦੇ ਰਿਹਾ। ਵਾਟਰ ਕੈਨਨ ਦਾ ਇਸਤੇਮਾਲ ਰੁਕ ਚੁੱਕਾ ਹੈ, ਡੇਰਾ ਪ੍ਰੇਮੀ ਬੁਰੀ ਤਰ੍ਹਾਂ ਭੜਕੇ ਹੋਏ ਦਿਖਾਈ ਦੇ ਰਹੇ ਹਨ, ਜਿਸ ਦੀ ਕਿ ਆਸ ਲਗਾਈ ਜਾ ਰਹੀ ਸੀ ਕਿ ਹੋ ਹੱਲਾ ਇਹਨਾਂ ਪ੍ਰੇਮੀਆਂ ਵੱਲੋਂ ਮਚਾਇਆ ਜਾਏਗਾ ਜਦੋਂ ਵੀ ਦੋਸ਼ੀ ਕਰਾਰ ਦਿੱਤੇ ਜਾਣਗੇ ਡੇਰਾ ਮੁਖੀ। ਉਹੀ ਹੋਇਆ ਬਿਲਕੁਲ, ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰਾ ਪ੍ਰੇਮੀ ਭੜਕੇ ਹੋਏ ਦਿਖਾਈ ਦੇ ਰਹੇ ਨੇ। ਵਾਟਰ ਕੈਨਨ ਦਾ ਇਸਤੇਮਾਲ ਰੋਕ ਦਿੱਤਾ ਗਿਆ ਹੈ, ਡੇਰਾ ਪ੍ਰੇਮੀ
ਭੜਕੇ ਹੋਏ ਬੁਰੇ ਹਮਲੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਇੱਥੋਂ ਭੱਜਦਾ ਦਿਖਾਈ ਦੇ ਰਿਹਾ, ਗੱਡੀਆਂ ਭਰ ਕੇ ਪੁਲਿਸ ਦੀਆਂ, ਤੁਸੀਂ ਜਾਂਦੀਆਂ ਹੋਈਆਂ ਦਿਖਾਈ ਤੁਹਾਨੂੰ ਦੇ ਸਕਦੇ ਹੋ, ਦੇਖੋ ਮੇਰੇ ਪਿੱਛੇ ਪੁਲਿਸ ਦੀਆਂ ਗੱਡੀਆਂ, ਇੱਥੋਂ ਪੁਲਿਸ ਪ੍ਰਸ਼ਾਸਨ ਭੱਜਦਾ ਦਿਖਾਈ ਦੇ ਰਿਹਾ ਜੀ। ਜਿਹੜਾ ਪ੍ਰੀਮੀਅਮ ਉਹਨਾਂ ਦੇ ਉੱਤੇ ਹਮਲਾ ਕੀਤਾ ਸੀ, ਜਵਾਬੀ ਕਾਰਵਾਈ ਕਰਨੀ ਸ਼ੁਰੂ ਕੀਤੀ ਸੀ, ਪਰ ਪੁਲਿਸ ਪ੍ਰਸ਼ਾਸਨ ਨਾਲ ਹੀ ਵਾਪਸ ਭੱਜਦਾ ਹੋਇਆ ਦਿਖਾਈ ਦੇ ਰਿਹਾ। ਮੀਡੀਆ ਉੱਤੇ ਹਮਲਾ ਜੋ ਡੇਰਾ ਪ੍ਰੀਮੀਅਮ ਵੱਲੋਂ ਕੀਤਾ ਗਿਆ, ਬੜੀ ਮੁਸ਼ਕਲ ਨਾਲ ਮੀਡੀਆ ਕਰਮੀ ਆਪਣੀ ਜਾਨ ਬਚਾ ਕੇ ਉੱਥੋਂ ਭੱਜੇ ਨੇ। ਜਦੋਂ ਤੋਂ ਪੱਥਰਬਾਜ਼ੀ ਸ਼ੁਰੂ ਹੋਈ ਹੈ, ਪੁਲਿਸ ਨੇ ਆਪਣਾ ਜੋ ਬੈਕ ਗੇਅਰ ਜਿਹਨੂੰ ਯੂ-ਟਰਨ ਆਪਾਂ ਕਹਿ ਸਕਦੇ ਉਸੇ ਵੇਲੇ ਮਾਰਿਆ, ਪਹਿਲਾਂ ਲਾਠੀਚਾਰਜ ਕਰ ਰਹੇ ਸਨ, ਜਦੋਂ ਉਹਨਾਂ ਨੇ ਪੱਥਰਬਾਜ਼ੀ ਸ਼ੁਰੂ ਕੀਤੀ ਉਸੇ ਵੇਲੇ ਪੁਲਿਸ ਨੇ ਆਪਣਾ ਯੂ-ਟਰਨ ਮਾਰਿਆ ਅਤੇ ਪੱਤਰਕਾਰਾਂ ਦੇ ਪਿੱਛੇ ਪਿੱਛੇ ਪੁਲਿਸ ਵੀ ਭੱਜਦੀ ਦਿਖਾਈ ਦਿੱਤੀ, ਬੱਸਾਂ ਭਰੀਆਂ ਅਤੇ ਇੱਥੋਂ ਚੱਲਦੇ ਹੋਏ ਦਿਖਾਈ ਦਿੱਤੇ। ਤੁਹਾਨੂੰ ਅਸੀਂ ਗੱਡੀਆਂ ਦਿਖਾ ਸਕਦੇ ਹਾਂ, ਪੁਲਿਸ ਪ੍ਰਸ਼ਾਸਨ ਦੀਆਂ ਕਿਵੇਂ ਇੱਥੇ ਭਰ ਭਰ ਕੇ ਵਾਪਸ ਜਾ ਰਹੀਆਂ ਨੇ, ਪੁਲਿਸ ਪ੍ਰਸ਼ਾਸਨ ਜਿਹੜਾ ਸਾਰਾ ਗੱਡੀਆਂ ਵਿੱਚ ਭਰ ਭਰ ਕੇ ਆਪਣੇ ਆਪ ਨੂੰ ਦਿਖਾਈ ਦੇ ਰਿਹਾ। ਜਲਦੀ ਦੀ ਜ਼ਿੰਮੇਵਾਰੀ ਲੋਕਾਂ ਨੂੰ ਬਚਾਉਣ ਦੀ ਹੁੰਦੀ ਹੈ। ਦਾ ਪੰਜਾਬ ਟੀਵੀ। ਪੁਲਿਸ ਅਤੇ ਡੇਰਾ ਪ੍ਰੇਮੀਆਂ ਦੇ ਵਿਚਕਾਰ ਜੋ ਮੁਕਾਬਲਾ ਉਹ ਲਗਾਤਾਰ ਜਾਰੀ ਹੈ। ਤੁਸੀਂ ਦੇਖ ਸਕਦੇ ਹੋ ਕਿ ਕੁਝ ਪੁਲਿਸ ਮੁਲਾਜ਼ਮਾਂ ਨੂੰ ਵੀ ਉਹਨਾਂ ਵੱਲੋਂ ਜ਼ਖਮੀ ਕਰ ਦਿੱਤਾ ਗਿਆ, ਹਿੰਸਕ ਰੂਪ ਧਾਰ ਗਈ ਹੈ। ਜੋ ਭੀੜ ਇਕੱਠੀ ਹੋਈ ਸੀ, ਜਿਨ੍ਹਾਂ ਨੂੰ ਅਸੀਂ ਡੇਰਾ ਪ੍ਰੇਮੀਆਂ ਦਾ ਨਾਂ ਦਿੰਦੇ ਸੀ, ਜੋ ਕਿ ਹਿੰਸਾ ਦਾ ਅਹਿੰਸਾ ਦਾ ਸੰਦੇਸ਼, ਕੱਲ੍ਹ ਤੱਕ ਸ਼ਾਂਤੀ ਦਾ ਸੰਦੇਸ਼ ਦਿੰਦੇ ਨਜ਼ਰ ਆ ਰਹੇ ਸਨ, ਅੱਜ ਉਹ ਪੂਰੀ ਤਰ੍ਹਾਂ ਹਿੰਸਕ ਰੂਪ ਧਾਰਨ ਕਰ ਚੁੱਕੇ ਨੇ। ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵਾਲਿਆਂ ਉੱਪਰ ਹਮਲਾ ਉਹਨਾਂ ਵੱਲੋਂ ਕਰ ਦਿੱਤਾ ਗਿਆ ਹੈ। ਪੁਲਿਸ ਮੁਲਾਜ਼ਮ ਜ਼ਖਮੀ ਹੋ ਚੁੱਕੇ ਨੇ। ਜੋ ਪੱਥਰਬਾਜ਼ੀ, ਜੋ ਡੰਡੇ ਉਹਨਾਂ ਨੇ ਕਿਹਾ ਜਾ ਰਿਹਾ ਸੀ ਕਿ ਤਲਾਸ਼ੀ ਲੈ ਜਾਏਗੀ ਅਤੇ ਕੋਈ ਵੀ ਹਥਿਆਰ ਅੱਗੇ ਨਹੀਂ ਜਾਣ ਦਿੱਤਾ ਜਾਏਗਾ, ਪਰ ਫਿਰ ਵੀ ਉਹਨਾਂ ਨੇ ਰੁੱਖ ਤੋੜ ਕੇ ਉਹਨਾਂ ਦੇ ਡੰਡੇ ਬਣਾ ਕੇ ਉਹਨਾਂ ਨੂੰ ਹੀ ਹਥਿਆਰਾਂ ਦੇ ਰੂਪ ਵਿੱਚ ਇਸਤੇਮਾਲ ਕੀਤਾ। ਧੂੰਆਂ ਉੱਠਦਾ ਹੋਇਆ ਤੁਸੀਂ ਦੇਖ ਸਕਦੇ ਹੋ, ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ, ਕੁਝ ਗੱਡੀਆਂ ਨੂੰ ਅੱਗ ਵੀ ਲਗਾ ਦਿੱਤੀ ਗਈ ਹੈ। ਕਿਹਾ ਜਾ ਰਿਹਾ ਡੇਰਾ ਪ੍ਰੇਮੀਆਂ ਦੀ ਭੀੜ ਪੂਰੀ ਤਰ੍ਹਾਂ ਭੜਕੀ ਹੋਈ ਦਿਖਾਈ ਦੇ ਰਹੀ ਹੈ। ਸਭ ਤੋਂ ਬੁਰੀ ਗੱਲ, ਜੋ ਮੀਡੀਆ ਉੱਪਰ ਸਭ ਤੋਂ ਪਹਿਲਾ ਹਮਲਾ ਉਹ ਮੀਡੀਆ ਉੱਪਰ ਕੀਤਾ ਗਿਆ ਹੈ। ਵੱਡੇ ਵੱਡੇ ਚੈਨਲਾਂ ਦੀਆਂ ਜੋ ਉਹ ਵੀ ਵੈਨਸ ਨੇ, ਗੱਡੀਆਂ ਨੇ, ਉਹਨਾਂ ਨੂੰ ਤੋੜ ਦਿੱਤਾ ਗਿਆ, ਪਲਟਾ ਦਿੱਤਾ ਗਿਆ। ਬਹੁਤ ਹਿੰਸਕ ਰੂਪ ਧਾਰਨ ਕਰ ਚੁੱਕਿਆ ਹੈ ਡੇਰਾ ਮੁਖੀ ਦਾ ਮਸਲਾ। ਲਾਈਵ ਤਸਵੀਰਾਂ ਦਾ ਪੰਜਾਬ ਟੀਵੀ ਤੁਹਾਨੂੰ ਦਿਖਾ ਰਿਹਾ। ਤੋਂ ਅੱਗਜ਼ਨੀ ਵੀ ਕੀਤੀ ਗਈ ਹੈ, ਅੱਗ ਲਗਾ ਦਿੱਤੀ ਗਈ ਹੈ। ਇਹ ਦੇਖਣਾ ਹੋਵੇਗਾ ਕਿ ਕਿਸ ਚੀਜ਼ ਨੂੰ ਅੱਗ ਲਗਾਈ ਗਈ ਹੈ ਡੇਰਾ ਪ੍ਰੇਮੀਆਂ ਵੱਲੋਂ। ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦਾ ਪੰਜਾਬ ਟੀਵੀ ਤੋਂ ਲਾਈਵ। ਡੇਰਾ ਪ੍ਰੇਮੀਆਂ ਵੱਲੋਂ ਇਸ ਚੌਂਕ ਵਿੱਚ ਮਚਾਇਆ ਗਿਆ ਹੜਦੰਗ ਹੁਣ ਕਾਫੀ ਹੱਦ ਤੱਕ ਸ਼ਾਂਤ ਹੁੰਦਾ ਦਿਖਾਈ ਦੇ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਕਾਫੀ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਹੈ, ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਗਈ। ਇੱਥੇ ਖੜ੍ਹੇ ਜਿੰਨੇ ਵੀ ਵਾਹਨ ਸਨ ਤੁਸੀਂ ਦੇਖ ਸਕਦੇ ਹੋ, ਸਭ ਨੂੰ ਅੱਗ ਲਗਾ ਦਿੱਤੀ ਗਈ ਅਤੇ ਪੂਰੀ ਤਰ੍ਹਾਂ ਸੜ ਕੇ ਸਵਾਹ ਵਾਹਨ ਹੋ ਚੁੱਕੇ ਨੇ। ਜਿੰਨੇ ਵੀ ਵਾਹਨ ਇੱਥੇ ਖੜ੍ਹੇ ਸਨ, ਜ਼ਿਆਦਾਤਰ ਉਹ ਮੀਡੀਆ ਵਾਲਿਆਂ ਦੇ ਸਨ, ਕਿਉਂਕਿ ਇਹ ਸਾਈਡ 'ਤੇ ਸਾਰਾ ਮੀਡੀਆ ਖੜ੍ਹਾ ਸੀ। ਸਾਰੇ ਮੀਡੀਆ ਵਾਲਿਆਂ ਦੇ ਵਾਹਨ ਜੋ ਸਾੜ ਦਿੱਤੇ ਗਏ ਨੇ, ਮੋਟਰਸਾਈਕਲ ਹੋਣ, ਕਾਰਾਂ ਹੋਣ, ਸਾਰਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੜਕੇ ਸਵਾਹ ਮੋਟਰਸਾਈਕਲ, ਕਾਰਾਂ ਹੋ ਚੁੱਕੀਆਂ ਨੇ। ਡੇਰਾ ਪ੍ਰੇਮੀਆਂ ਵੱਲੋਂ ਕੱਲ੍ਹ ਤੱਕ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾ ਰਿਹਾ ਸੀ, ਪਰ ਉਹ ਸ਼ਾਂਤੀ ਦੇ ਸੰਦੇਸ਼ ਦੀਆਂ ਜੋ ਡੀਂਗਾਂ ਮਾਰੀਆਂ ਜਾ ਰਹੀਆਂ ਸਨ ਕੱਲ੍ਹ ਤੱਕ, ਉਹ ਹੁਣ ਇੱਕ ਮਹਿਜ਼ ਡਰਾਮਾ ਸਾਬਿਤ ਹੋ ਰਹੀਆਂ ਨੇ। ਸਾਰੇ ਵਾਹਨ ਸਾੜ ਕੇ ਸਵਾਹ ਕਰ ਦਿੱਤੇ ਗਏ ਨੇ, ਗੱਡੀਆਂ ਪਲਟਾ ਦਿੱਤੀਆਂ ਗਈਆਂ, ਬਾਅਦ ਵਿੱਚ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹਿੰਸਕ ਰੂਪ ਡੇਰਾ ਪ੍ਰੇਮੀਆਂ ਦੀ ਭੀੜ ਨੇ ਅਖਤਿਆਰ ਕਰ ਲਿਆ ਸੀ, ਜਿਸ ਤੋਂ ਬਾਅਦ ਦਾ ਨਜ਼ਾਰਾ ਤੁਹਾਨੂੰ ਦਾ ਪੰਜਾਬ ਟੀਵੀ ਦਿਖਾ ਰਿਹਾ ਹੈ। ਬਹੁਤ ਹੀ ਖੌਫਨਾਕ ਮੰਜ਼ਰ ਜੋ ਡੇਰਾ ਪ੍ਰੇਮੀਆਂ ਨੇ ਇੱਥੇ ਲੋਕਾਂ ਨੂੰ ਦਿਖਾਇਆ। ਕਾਰਾਂ ਸਾੜ ਕੇ ਸਵਾਹ ਕਰ ਦਿੱਤੀਆਂ ਗਈਆਂ, ਬਾਈਕ ਹੋਵੇ, ਮੋਟਰਸਾਈਕਲ ਹੋਣ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੋਣ, ਕਿਸੇ ਨੂੰ ਵੀ ਨਹੀਂ ਬਖਸ਼ਿਆ ਗਿਆ। ਸੜਕਾਂ ਦੇ ਉੱਤੇ ਗੱਡੀਆਂ ਨੂੰ ਪਲਟਾ ਕੇ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ।
ਕਿਸੇ ਦੀ ਵੀ ਗੱਡੀ ਨੂੰ ਨਹੀਂ ਬਖਸ਼ਿਆ ਗਿਆ, ਚਾਹੇ ਉਹ ਫਾਇਰ ਬ੍ਰਿਗੇਡ ਹੋਵੇ, ਮੀਡੀਆ ਦੀ ਗੱਡੀ ਹੋਵੇ, ਮੋਟਰਸਾਈਕਲ ਹੋਵੇ, ਕਾਰ ਹੋਵੇ। ਇੰਨੀ ਜ਼ਿਆਦਾ ਹਿੰਸਾ ਇੱਥੇ ਕੀਤੀ ਗਈ ਹੈ, ਤੁਸੀਂ ਦੇਖ ਸਕਦੇ ਹੋ, ਸਾੜ ਕੇ ਸਵਾਹ ਗੱਡੀਆਂ ਕਰ ਦਿੱਤੀਆਂ ਗਈਆਂ ਨੇ, ਕੁਛ ਵੀ ਨਹੀਂ ਬਚਿਆ। ਇੱਥੇ ਹਰਿਆਣਾ ਸਰਕਾਰ ਦੀ ਨਲਾਇਕੀ ਅਤੇ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਸਾਫ਼ ਤੌਰ 'ਤੇ ਦੇਖੀ ਜਾ ਸਕਦੀ ਹੈ। ਇੱਥੇ ਤੁਹਾਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਭੰਨਤੋੜ ਦੀ ਸ਼ੁਰੂਆਤ, ਹਿੰਸਾ ਦੀ ਸ਼ੁਰੂਆਤ ਜੋ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਗਈ, ਉਹ ਇਸੇ ਗੱਡੀ ਤੋਂ ਕੀਤੀ ਗਈ ਜੋ ਕਿ ਇੰਡੀਆ ਟੂਡੇ ਦੀ OB ਵੈਨ ਹੈ, ਜਿਸ ਨੂੰ ਆਊਟਡੋਰ ਬ੍ਰੋਡਕਾਸਟਿੰਗ ਵੈਨ ਕਿਹਾ ਜਾਂਦਾ, ਜਿਸ ਨਾਲ ਬ੍ਰੋਡਕਾਸਟ ਕੀਤਾ ਜਾਂਦਾ। ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਇਸ ਨੂੰ ਭੰਨਣ ਤੋੜਨ ਤੋਂ, ਉਸ ਤੋਂ ਬਾਅਦ ਇਸ ਗੱਡੀ ਨੂੰ ਪਲਟਾਇਆ ਗਿਆ, ਉਸ ਤੋਂ ਬਾਅਦ ਨੂੰ ਅੱਗ ਲਗਾ ਦਿੱਤੀ ਗਈ। ਜਿਹੜੀਆਂ ਪਿਛਲੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿ ਉਹ ਵੀ OB ਵੈਨਾਂ ਨੇ, ਉਹਨਾਂ ਦੀ ਚੈਨਲਾਂ ਦੀਆਂ ਜੋ ਕਿ ਜਿਹਨੂੰ ਬ੍ਰੋਡਕਾਸਟ ਕਰਨ ਲਈ ਵਰਤਿਆ ਜਾਂਦਾ, ਜਿਨ੍ਹਾਂ ਨੂੰ ਉਹਨਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ। ਸਟਾਰਟਿੰਗ ਜਿਹੜੀ ਮੀਡੀਆ ਦੀਆਂ ਵੈਨਾਂ ਨੂੰ ਸਾੜਨ ਤੋਂ, ਭੰਨਣ ਤੋੜਨ ਤੋਂ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਕੁਛ ਵੀ ਨਹੀਂ ਛੱਡਿਆ, ਇਹਨਾਂ ਵੈਨਾਂ ਨੂੰ ਅੱਗ ਨਾਲ ਸਵਾਹ ਕਰ ਦਿੱਤਾ ਗਿਆ ਹੈ। ਬਹੁਤ ਹੀ ਹਿੰਸਕ ਰੂਪ ਜੋ ਡੇਰਾ ਪ੍ਰੇਮੀਆਂ ਦੀ ਭੀੜ ਨੇ ਧਾਰ ਲਿਆ ਸੀ, ਜਿਸ ਤੋਂ ਬਾਅਦ ਗੁੱਸਾ ਨਿਕਲਿਆ ਮੀਡੀਆ 'ਤੇ। ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਮੀਡੀਆ ਦੀਆਂ ਗੱਡੀਆਂ ਭੰਨਣ ਦੀ, ਜਿਸ ਦਾ ਨਜ਼ਾਰਾ, ਖੌਫਨਾਕ ਮੰਜ਼ਰ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ। ਲੱਖਾਂ ਦਾ ਨੁਕਸਾਨ ਮੀਡੀਆ ਦਾ ਕਰ ਦਿੱਤਾ ਗਿਆ, ਜਨਤਕ ਸੰਪਤੀ ਦਾ ਕਰ ਦਿੱਤਾ ਗਿਆ ਇਹਨਾਂ ਡੇਰਾ ਪ੍ਰੇਮੀਆਂ ਵੱਲੋਂ, ਜੋ ਕਿ ਕੱਲ੍ਹ ਤੱਕ ਸ਼ਾਂਤੀ ਦਾ ਸੰਦੇਸ਼ ਦਿੰਦੇ ਨਜ਼ਰ ਆ ਰਹੇ ਸਨ। ਨਲਾਇਕੀ ਸਰਕਾਰ ਦੀ, BJP ਸਰਕਾਰ ਦੀ ਅਤੇ ਪੁਲਿਸ ਪ੍ਰਸ਼ਾਸਨ ਦੀ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਨੂੰ ਜੋ ਆਦੇਸ਼ ਮਿਲਦੇ ਅਸੀਂ ਉਸੇ ਅਕੋਰਡਿੰਗ ਕੰਮ ਕਰਨਾ ਸੀ, ਪਰ ਸਾਨੂੰ ਜੋ ਆਦੇਸ਼ ਮਿਲੇ ਅਸੀਂ ਉਸੇ ਅਨੁਸਾਰ ਹੀ ਕੰਮ ਕੀਤਾ ਹੈ, ਪਰ ਜੋ ਕੰਮ ਕੀਤਾ ਉਹ ਸਾਫ਼ ਸਾਫ਼ ਦਿਖਾਈ ਦੇ ਰਿਹਾ। ਸਵਾਲ ਉੱਠ ਰਹੇ ਨੇ ਇੱਥੇ ਹਰਿਆਣਾ ਦੀ BJP ਸਰਕਾਰ 'ਤੇ, ਕਿਉਂਕਿ ਚੋਣਾਂ ਵੇਲੇ ਡੇਰੇ ਨੇ ਇਹਨਾਂ ਨੂੰ ਸਮਰਥਨ ਦਿੱਤਾ ਸੀ, ਜਿਸ ਕਰਕੇ ਕਿਹਾ ਜਾ ਰਿਹਾ ਹੈ ਕਿ ਡੇਰਾ ਪ੍ਰੇਮੀਆਂ 'ਤੇ ਕੋਈ ਵੀ ਕਾਰਵਾਈ ਕਰਨ ਤੋਂ ਇਸ ਸਰਕਾਰ ਨੇ ਗੁਰੇਜ਼ ਕੀਤਾ ਹੈ। ਕਿੱਧਰ ਨੂੰ ਜਾ ਰਿਹਾ ਸਾਡਾ ਲੋਕਤੰਤਰ? ਵੋਟਾਂ ਲੈਣ ਲਈ ਸਮਰਥਨ ਲੈ ਕੇ ਉਹਨਾਂ ਨੂੰ ਜਨਤਕ ਸੰਪਤੀ ਖਤਮ ਕਰਨ ਦੀ ਆਗਿਆ ਦੇ ਦਿੱਤੀ ਜਾਂਦੀ ਹੈ। ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਚਕੂਲਾ ਦੇ ਉਸ ਚੌਂਕ ਤੋਂ, ਜਿੱਥੇ ਡੇਰਾ ਪ੍ਰੇਮੀ ਇਕੱਠੇ ਹੋਏ ਸਨ। ਜਨਤਕ ਸੰਪਤੀ ਦਾ ਨੁਕਸਾਨ ਕੀਤਾ ਗਿਆ, ਇੱਥੇ ਰੱਜ ਕੇ ਨੁਕਸਾਨ ਕੀਤਾ ਗਿਆ। ਮੂਕ ਦਰਸ਼ਕ ਬਣੀ ਰਹੀ ਹਰਿਆਣਾ ਪੁਲਿਸ, ਹਰਿਆਣਾ ਪ੍ਰਸ਼ਾਸਨ। ਸਰਕਾਰੀ ਇਮਾਰਤ ਹੈ ਜਿਸ ਨੂੰ ਕਿ ਪੱਥਰਾਂ ਨਾਲ ਭੰਨ ਤੋੜ ਦਿੱਤਾ ਗਿਆ। ਤਸਵੀਰਾਂ ਤੁਹਾਨੂੰ The Punjab TV ਲਾਈਵ ਦਿਖਾ ਰਿਹਾ ਉਸੇ ਚੌਂਕ ਤੋਂ ਜਿੱਥੇ ਡੇਰਾ ਪ੍ਰੇਮੀ ਇਕੱਤਰ ਹੋਏ ਸਨ, ਜਿਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਸਿਰਫ ਗੁਰੂ ਜੀ ਦੇ ਦਰਸ਼ਨ ਕਰਨ ਲਈ ਇਕੱਠੇ ਹੋਏ। ਪਾਰਕ ਦੀਆਂ ਗ੍ਰਿਲਾਂ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ। ਇੰਨੀ ਬੇਕਾਬੂ ਹੋਈ ਭੀੜ, ਭੂਤਰੀ ਭੀੜ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਸਨੇ ਪਾਰਕ ਦੀਆਂ ਗ੍ਰਿਲਾਂ ਤੱਕ ਨਹੀਂ ਛੱਡੀਆਂ। ਰੋੜਿਆਂ ਦਾ ਇਸਤੇਮਾਲ ਕਰਨ ਲਈ ਇਹਨਾਂ ਪਾਰਕਾਂ ਨੂੰ ਤੋੜਿਆ ਗਿਆ ਤਾਂ ਜੋ ਕੰਧ ਡਿੱਗ ਪਵੇ ਅਤੇ ਉਹਨਾਂ ਨੂੰ ਰੋੜਿਆਂ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਵੇ ਅਤੇ ਪੁਲਿਸ ਦੇ ਉੱਤੇ ਪਥਰਾਅ ਕੀਤਾ ਜਾਵੇ। ਇਸੇ ਪਥਰਾਅ ਤੋਂ ਬਾਅਦ ਹੀ ਪੁਲਿਸ ਕਰਮੀ ਵਾਪਸ ਦੌੜੇ ਸਨ, ਜਿਸ ਤੋਂ ਬਾਅਦ ਸਥਿਤੀ ਬਹੁਤ ਹਾਲਾਤ ਤੋਂ ਬਾਹਰ ਹੋ ਗਈ ਸੀ। ਫਿਲਹਾਲ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਸਥਿਤੀ ਹੁਣ ਅੰਡਰ ਕੰਟਰੋਲ ਹੈ, ਪਰ ਜੋ ਨੁਕਸਾਨ ਹੋਇਆ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਕਈ ਜਗ੍ਹਾ 'ਤੇ ਇੱਥੇ ਖੂਨ ਖਰਾਬਾ ਵੀ ਹੋਇਆ। ਇਹ ਤਸਵੀਰਾਂ ਤੁਸੀਂ ਖੂਨ ਦੀਆਂ ਦੇਖ ਰਹੇ ਹੋ ਜੋ ਇੱਥੇ ਡੁੱਲਾ ਹੋਇਆ। ਚਾਰੇ ਪਾਸੇ ਭੰਨ ਤੋੜ ਹੀ ਭੰਨ ਤੋੜ।
ਚੌਂਕ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਗਿਆ। ਇੰਝ ਲੱਗ ਰਿਹਾ ਜਿਵੇਂ ਇੱਥੇ ਕੋਈ ਤੂਫਾਨ ਆ ਕੇ ਹਟਿਆ ਹੋਵੇ। ਸੋ ਇਹ ਸਾਰਾ ਨਜ਼ਾਰਾ ਅੱਜ ਤੁਸੀਂ ਇਹ ਮੰਜ਼ਰ ਦੇਖਿਆ ਹਰਿਆਣਾ ਦੇ ਪੰਚਕੂਲਾ ਤੋਂ, ਜਿੱਥੇ ਡੇਰਿਆ ਪ੍ਰੇਮੀ ਜੋ ਕਿ ਸ਼ਾਂਤੀ ਦਾ ਸੰਦੇਸ਼ ਦਿੰਦੇ ਸਨ ਉਹ ਇੰਨੇ ਹਿੰਸਾ ਦਾ ਰੂਪ ਧਾਰ ਗਏ ਕਿ ਉਹਨਾਂ ਨੇ ਕਿਸੇ ਚੀਜ਼ ਨੂੰ ਨਹੀਂ ਬਖਸ਼ਿਆ, ਸਰਕਾਰੀ ਦਫ਼ਤਰਾਂ ਨੂੰ ਨਹੀਂ ਬਖਸ਼ਿਆ, ਮੀਡੀਆ ਨੂੰ ਨਹੀਂ ਬਖਸ਼ਿਆ, ਖਾਸ ਕਰਕੇ ਮੀਡੀਆ 'ਤੇ ਚੁਣ ਚੁਣ ਕੇ ਜਿਹੜੇ ਹਮਲੇ ਕੀਤੇ ਗਏ, ਗੱਡੀਆਂ ਸਾੜ ਦਿੱਤੀਆਂ ਗਈਆਂ, ਮੋਟਰਸਾਈਕਲ ਸਾੜ ਦਿੱਤੇ ਗਏ, ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ, ਕਈ ਤਰ੍ਹਾਂ ਦੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ, ਕਿਸੇ ਨੂੰ ਵੀ ਨਹੀਂ ਬਖਸ਼ਿਆ ਗਿਆ, ਪੁਲਿਸ 'ਤੇ ਵੀ ਹਮਲਾ ਕੀਤਾ ਗਿਆ। ਡੇਰਾ ਪ੍ਰੇਮੀ ਜੋ ਕੱਲ੍ਹ ਤੱਕ ਸ਼ਾਂਤੀ ਦੇ ਪੁੰਜ ਬਣੇ ਦਿਖਾਈ ਦਿੰਦੇ ਸਨ, ਅੱਜ ਉਹਨਾਂ ਨੇ ਇੰਨੀ ਹਿੰਸਾ ਦਾ ਮੁਜ਼ਾਹਰਾ ਕੀਤਾ ਕਿ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਡੇਰਿਆਂ ਤੋਂ ਸਮਰਥਨ ਲੈ ਕੇ ਬਣੀਆਂ ਸਰਕਾਰਾਂ ਦਾ ਆਖਿਰ ਵਿੱਚ ਇਹੀ ਹਾਲ ਹੋਣਾ ਸੀ। ਜਦੋਂ ਵੀ ਕਿਸੇ ਡੇਰਾ ਮੁਖੀ ਦੇ ਖਿਲਾਫ ਕੋਈ ਅਜਿਹਾ ਫੈਸਲਾ ਆਉਂਦਾ ਤਾਂ ਸਰਕਾਰ ਨੂੰ ਨਹੀਂ ਸਗੋਂ ਉੱਥੋਂ ਦੇ ਲੋਕਾਂ ਨੂੰ ਭੁਗਤਣਾ ਪੈਂਦਾ। ਇਹ ਚੇਤਾਵਨੀ ਹੈ ਹੋਰ ਰਾਜਾਂ ਦੀਆਂ ਸਰਕਾਰਾਂ ਲਈ ਵੀ ਜੋ ਕਿ ਡੇਰਿਆਂ ਦਾ ਸਮਰਥਨ ਲੈ ਕੇ ਸੱਤਾ ਵਿੱਚ ਆਉਂਦੀਆਂ ਨੇ ਅਤੇ ਬਾਅਦ ਵਿੱਚ ਉਸੇ ਡੇਰੇ ਦੇ ਜੋ ਸਮਰਥਨ ਮਿਲਿਆ ਹੁੰਦਾ ਉਸਦਾ ਮੁੱਲ ਮੋੜਨ ਲਈ ਪ੍ਰਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕਰਨ ਦਿੰਦੇ ਅਤੇ ਜੋ ਨਤੀਜਾ ਭੁਗਤਣਾ ਪੈਂਦਾ ਉਹ ਲੋਕਾਂ ਨੂੰ ਭੁਗਤਣਾ ਪੈਂਦਾ। ਇਸੇ ਸਮਰਥਨ ਦਾ ਹੀ ਨਜ਼ਾਰਾ ਅੱਜ ਅਸੀਂ ਪੰਚਕੂਲਾ ਵਿੱਚ ਦੇਖਿਆ।